आय हाय, जिसने संभर रहे हो? हाँ जी। हो पानी रह गया यार। अपने पिंड चल के आना की करेंगे उत्थे? कल दा गई थी गया, हुण थोड़े दिन होए ने, नाले ते ड्यूटी नहीं गई तू स्टैनो दी उत्थे सनाम। अज डैडी जी दा फोन आया सीगा। हां ਤੇ ਮੱਝ ਬਿਮਾਰ ਆ, ਉਹਨਾਂ ਦੀ ਜੇਰ ਨਹੀਂ ਪਈ ਮੱਝ ਤੇ। ਅੱਛਾ, ਹਾਂਜੀ ਆਪਾਂ ਪਤਾ ਲੈ ਕੇ ਆਉਣਾ ਗਾ। ਆਪਾਂ ਕੀ ਪਤਾ ਲੈ ਕੇ ਆਵਾਂਗਾ ਜੀ, ਨਹੀਂ ਤਾਂ ਪੈ ਜੂ ਜੇਰ ਆਪੀ। ਆਪਾਂ ਤਾਂ ਅਰਸੇ ਬੰਦਿਆ ਯਾਰ, ਕੱਲ੍ਹ ਨੂੰ ਮੈਂ ਡਿਊਟੀ ਆਉਣਾ। ਅੱਜ ਤਾਂ ਮੈਂ ਹਿੰਦੀ ਵਾਲੀ ਮੈਡਮ ਨੂੰ ਸਮਝਾ ਦਿੱਤਾ ਵੀ ਉੱਥੇ ਬੱਚੇ ਸਾਂਭਦੀ ਤੂੰ, ਚਾਰ ਜਿਹੜੇ ਆਪਣੇ ਹੈਗੇ ਨੇ ਪੀੜ ਵਾਲੇ ਮੇਰੇ। ਨਹੀਂ ਜੀ ਦੇਖੋ, ਉਹਨਾਂ ਨੂੰ ਹੁਣ ਕੋਈ ਮਤਲਬ ਤਕਲੀਫ, ਆਪਣਾ ਜਾਣਾ ਫਰਜ਼ ਬਣਦਾ ਭੈਣ ਭਾਈ ਦਾ, ਨਹੀਂ ਜਾਣਾ ਜੀ ਮੈਂ ਤਾਂ। ਉਹ ਯਾਰ ਕਿਉਂ ਹੰਡ ਕਰ ਜਾ ਜੀ, ਨਹੀਂ ਤਾਂ ਤੇਰੀ ਵੀ ਲੀਵ ਲੱਗੀ ਜਾਂਦੀ ਕਈ ਦਿਨਾਂ ਤੋਂ। ਤੂੰ ਜਾਂਦੇ ਨਹੀਂ? ਚੱਲ ਦੇਖ ਲੈ ਨਾ ਤੇਰੇ ਉੱਤੋਂ ਦੀ ਕੀ ਆ ਜਾਨੂੰ। ਫਿਰ ਠੀਕ, ਤਿਆਰ ਹੋ। ਤਿਆਰ ਹੀ ਆ, ਮੈਂ ਤਾਂ ਤਿਆਰ ਦਾ ਹੋ ਕੇ ਗਿਆ ਤੜਕੇ। ਨਹੀਂ ਹੋਰ ਬਣ ਲਓ ਪੱਗ, ਵਧੀਆ ਜੀ ਪੱਗ ਜਿਸ ਨੇ ਤੇ ਕੋਈ ਆ। ਮੈਂ ਨਹੀਂ ਬੰਨਦਾ ਹੋਰ, ਮੈਨੂੰ ਪਤਾ ਮੇਰੇ ਤਾਂ ਅੱਜ ਥਾਂ ਲੱਗੇ ਲੀਵ ਲਾ ਗਿਆ, ਮੇਰੇ ਤਾਂ ਢਿੱਡ ਦੁਖ ਰਿਹਾ ਗਾ। ਚਲੋ ਠੀਕ ਹੈ, ਮੈਂ ਝੋਲਾ ਚੱਕ ਕੇ ਲਿਆਉਣੀ, ਆਪਾਂ ਚੱਲਦੇ ਹਾਂ। ਠੀਕ ਹੈ। ਅੱਜ ਸੁਨੀਤ ਤੂੰ ਰੋ ਰਹੀ ਹੈ ਜਾਂ ਰੱਖਾ ਜਿੱਧਰ ਪਾਣੀ? ਨਹੀਂ ਇਹ ਜਾਲੇ ਝਾੜਦੀ ਸੀ, ਕਣ ਪੈ ਗਿਆ ਸੀ। ਅੱਛਾ ਚਲ ਕੋਈ ਨਾ, ਕੀ ਹੋ ਗਿਆ ਯਾਰ? ਪਤਾ ਨਹੀਂ ਕੀ ਹੋ ਗਿਆ ਮੇਰੇ ਪੇਕਿਆਂ ਨੂੰ। ਕੁਛ ਨਹੀਂ ਹੁੰਦਾ ਖੰਡ ਪੇਕਿਆਂ ਨੂੰ, ਐ ਨਹੀਂ ਹੁੰਦਾ ਭੁੱਖੇ ਕੁਛ। ਕੋਈ ਨਾ, ਕਿਉਂ ਉਹਨਾਂ ਦੇ ਮਨ ਸੀ ਉਹ ਵੀ ਮਾਰ ਹੋ ਗਈ। ਕੋਈ ਨਾ ਫੇਰ ਵੀ ਰੋ ਨਾ, ਰੋਣੀ ਕਾ ਤੂੰ ਆ ਮੇਰੇ ਥੋੜੀ ਚ ਮੈ ਜਾਂਦਾ, ਰੋ ਨਾ। ਤੁਸੀਂ ਮੇਰੀ ਕਿੰਨੀ ਕੇਅਰ ਕਰਦੇ ਹੋ। ਓ ਯਾਰ ਮੈਂ ਤੇਰੀ ਕੇਅਰ ਕਰੂ, ਆਪਾਂ ਹੋਰ ਕਿਸ ਕੀ ਕਰਨੀ ਹੈ ਯਾਰ ਕੇਅਰ। ਥੈਂਕ ਯੂ ਸੋ ਮੱਚ। ਕੋਈ ਨਾ ਚਲ ਮੈਂ ਝੋਲਾ ਲੈਣੀ ਆ। ਜਾਂ ਲਿਆ। ਓਏ ਹੋਏ ਕਿੰਨੇ ਠੇਖਣ ਕਰਦੀ ਹੈ। ਹੋ ਗਏ ਤਿਆਰ? ਹਾਂਜੀ। ਹੋਰ ਤਾਂ ਨਹੀਂ ਰਹਿ ਗਿਆ ਕੁਛ? ਦੇਖ ਲਾ ਕੁਛ ਲੱਗਦਾ, ਮੈਂ ਸੋਣਾ ਕੁਛ ਪਾ ਲੈ। ਸੁਰਖੀ ਪੈਂਦੀ ਦੇ, ਉਹ ਆਈਲਾਈਨਰ ਰਹਿ ਗਿਆ ਮੇਰਾ। ਦੇ ਆ ਲਿਆ ਭੱਜ ਕੇ, ਮੈਨੂੰ ਪਤਾ ਤੇਰਾ ਦਿਮਾਗ ਨਹੀਂ ਰਹਿੰਦਾ ਕਾਇਮ, ਟੈਨਸ਼ਨ ਤਾਂ ਤੂੰ ਪੇਕਿਆਂ ਦੀ ਚੱਕੀ ਫਿਰਦੀ ਰਹਿਣੀ ਆ। ਸਿਹਤ ਘਟਾਈ ਜਾਂਦੀ ਆ ਦਿਨੋ ਦਿਨ, ਖੂਨ ਕੰਦਰੇ 'ਚ 9 ਗ੍ਰਾਮ ਹੀ ਰਹਿ ਗਿਆ। ਚਲੋ ਚਲੋ ਇੱਕ ਮਿੰਟ ਚੱਲ ਦੇ ਸੁਨੀਤ, ਇੱਧਰ ਦੀ ਪਾਤੜਾ ਕਿ ਨਹੀਂ ਚੱਲਾਂਗੇ? ਨਹੀਂ ਆਪਾਂ ਨਾ ਖੇਤਲੇ ਤੋਂ ਬਾਕਸੀ ਵਾਲਾ ਪਹਾ ਹੋ ਜਾਵਾਂਗੇ। ਚੱਲ ਹੋ ਜਾ, ਉਹਦੇ ਨਾਲ ਥੋੜ੍ਹੀ ਜਿਹੀ ਟ੍ਰੈਫਿਕ ਘੱਟ ਆ ਗਈ। ਚੱਲ ਕੋਈ ਨਾ, ਚਲੋ ਮੈਂ ਚਲਾਵਾਂ ਬਾਈਕ। ਕੋਈ ਨਾ, ਇੱਧਰ ਚ ਪਹਿਲੀ ਕਮਜ਼ੋਰੀ ਹੈਗੀ, ਨਹੀਂ ਮੈਂ ਡਰਾਈਵ ਕਰ ਲੈਂਦੀ। ਕੋਈ ਨਾ ਤੂੰ ਸਕੂਟਰੀ ਕਰਦੀ ਹੈ, ਮੋਟਰਸਾਈਕਲ ਨਹੀਂ ਕਰਦੀ। ਜਸਨੀਤ ਐਂ ਨਾ ਕਰਿਆ ਕਰ, ਪਿੰਡ ਦੇ ਵਿੱਚ ਪਿੰਡਾਂ ਵਾਲਾ ਲੈ ਜਾ। ਬਹਿ ਜਾ ਮੋਟਰਸਾਈਕਲ ਵੀ ਨਵਾਂ ਲੈਣਾ, ਉਹਨੂੰ ਦੇ ਤਨਖਾਹ। ਤੂੰ ਦੇ ਦੀ ਅੱਧੇ ਪੈਸੇ ਮੈਨੂੰ? ਨਹੀਂ। ਕਿਉਂ? ਮੈਂ ਆਪਣਾ ਆਈਫੋਨ ਲੈਣਾ। ਤੇਰੀ ਮਰਜ਼ੀ ਹੈਗੀ ਜਨਾਬ। ਲੈਕ ਪੈਣੇ ਚਾਬੀ ਤਾਂ ਔਨ ਕਰ ਲੈ। ਹਾਏ ਐ ਕਾਹਨੂੰ ਮਾਰਦੇ ਜਸਨੀਤ ਯਾਰ? ਆਤਰੀ ਮਾਂ ਐ ਚੱਲਦੀ ਇਹ, ਦੇਖਿਆ ਕਰੋ ਨਾ ਮਹੱਲਾ ਸਾਰਾ ਕੀ ਆਖੇਗਾ। ਬਕਵਾਸ ਨਾ ਮਾਰੋ, ਜਦ ਪਿੱਛੇ ਵਜੇ ਮੈਂ ਡਰਾਈਵ ਕਰ ਲੈਣੀ। ਓਕੇ। ਨਹੀਂ ਨਹੀਂ ਜਸਨੀਤ ਮੈਂ ਹੀ ਕਰੂੰਗਾ। ਫਿਰ ਚਲੋ ਸਿਰ ਚ ਮਾਰਿਆ ਯਾਰ, ਜਾ ਕੇ ਮੈਨੂੰ ਜਿਮ ਬਿਲਕੁਲ ਵਧੀਆ ਲੱਗਦਾ ਹੈਗਾ। ਚੱਲੀਏ ਜਨਾਬ। ਚਲੋ ਪਾਪਾ ਕਰੇ ਹੋਣਗੇ ਜਸਨੀਤ, ਹੈਂ ਪਾਪਾ? ਮੰਮੀ, ਪਾਪਾ, ਮੰਮੀ, ਪਾਪਾ, ਮਾਮ, ਯਾਰ ਕਿੱਧਰ ਗਏ? ਹੁਣੇ ਨਹੀਂ ਯਾਰ, ਨਾਲੇ ਪ੍ਰਾਹੁਣਾ ਤੁਹਾਡਾ, ਮੈਂ ਮੈਨੂੰ ਕੁਰਸੀ ਕਰਸੀ ਦਿਓ। ਤੂੰ ਤਾਂ ਬਦਲ ਕੇ ਮਾਰਦੀ ਕਿਉਂ ਵਾ ਯਾਰ? ਫੜ ਕੇ ਪਈ ਇੱਥੇ ਵੱਡਾ ਮਹਾਰਾਜਾ ਪਟਿਆਲਾ ਵੱਡਾ ਸੀ ਜਰ ਬਾਬੇ ਤੋਂ ਉੱਥੋਂ ਬਾਹਰ ਆ ਯਾਰ। ਫਿਰ ਮੈਂ ਕਹਿੰਦਾ ਸਿੱਡਾ, ਬੱਲਾ ਬੱਲਾ ਮੇਰਾ ਪੁੱਤ। ਸਤਿ ਸ੍ਰੀ ਅਕਾਲ ਬਾਪੂ ਜੀ। ਸਤਿ ਸ੍ਰੀ ਅਕਾਲ ਬਤਾ, ਕਿਵੇਂ ਆ ਪਰੌਣੇ? ਪੁੰਜੇ ਬਹਿ ਗਿਆ ਪਰੌਣਾ? ਇਹ ਕਹਿੰਦਾ ਜੀ ਮੈਂ ਪੁੰਜੀ ਬੈਠਣਾ। ਠੀਕ ਆ,
हाल बुरा ही है तेनू पता ही है बड़ी उंगली तेरी मूत का बापू है ठीक है पुत बस कटी ध्यान रखा करो तुम बंदे का कोई पता नहीं लगता हूं पुत मैं कपड़े भी गबरू वाले पा लग गया मैं की पता जवानी वापस आ जी चल कोई ना बापू तो खर तू जचदा बाल है पर मां नहीं जचदा पुत वर्गा लगता की करिए फिर बापू हुआ मैनू के जचदा भुनना जरा कालू सहेड़िया बापू मैं बहु पिटी बहु रोई मैं मेरा फ्यूचर खराब करोगे बापू तू मेरी एक नहीं मनी पुत जे मेरी चलदी मैं मनदा पुत चलदी तो तेरी मां दी है बापू तू भी बहु बाइचर है पता मैनू तेरा बापू तू हुण मिठे पोचे लाउणा तू ओए होए मैं की करा बेचर नु बस चल बापू तू मेरा मन ना खराब कर मैं पहले बहुत दुखी हूं की पूछदा तू मेरा जिस दिन दी मैं उस घर च भी आई आई ना बापू ना चजदा खाता ना चजदा पहनने ना चजदा हंडाया गोली लागी मैं ता बापू गोली ओ पुत सरकारी है केड़ा पैण दा खसम कहंदा बापू सरकारी है कच्चियां च तेरी मां ते कदी दी पक्कियां च नहीं मां नु छुड़छड़ा पता बापू बकवास मारी जाना तू बापू कोई नॉलेज नहीं बंदे नु कोई ड्रेसिंग सेंस दा नहीं पता बापू मैं दस दी भी आ पजामे नाल आ कुर्ता पा ले लो बापू जी चाय कर ले आई मैं ता लो बाबियो चुको केरा मूत पी लिया घोड़े का जी तेरे हाथ की बनी चाह पी ली कोई बापू इन कम का डक्का नहीं तोड़ना आन गुड़ मल मल जोर ला लिया पुत कानू लाउंदी आ मुंह बहुते गई आ फिर बापू दुध पानी का औखा हो गया हुण घर च बिमारी होनी जाती है पहला देख ला तेरे गोड्या का हो गया फिर बीबी का ऑपरेशन करा लिया अपने देख ला जसवीत मम्मा जी बिमार हो गई सी जदों किने कहा तेन बिमार हुई थी पखंड कर दी थी भी कम ना करना पवे करके बापू जी मैं स्कूल जाती थी सारा झाड़ू पोचा रोटियां पकाउंदी आप कपड़े लीड़े का मैं आप करती पखंड करके बह गई एदी माता जी ने जसनीत ऐदा नहीं बोली बकवास ना मार तू नॉलेज नहीं तेन गल करनी मेरे ना ओ बाबे वसी की कहना कर लो गल
ਬਾਪੂ ਜੀ ਤੁਸੀਂ ਆਪਣੀ ਗੱਲ ਦੱਸੋ, ਇਹ ਤਾਂ ਬਕਵਾਸ ਮਾਰੀ ਜਾਂਦਾ। ਅਤੇ ਫਿਰ ਬਾਪੂ ਜੀ ਕਿੰਨਾ ਕੁ ਦਿੰਦੀ ਆ ਦੁੱਧ ਮੈਸ? ਹਾਲੇ ਤਾਂ ਪੁੱਤ 2 ਕਿਲੋ ਦਿੰਦੀ ਹੈ। ਅੱਛਾ ਆਹੋ, ਚੱਲ ਚਾਹ ਪਾਣੀ ਜੋਗਾ ਸਰ ਜਾਂਦਾ। ਠੀਕ ਹੋ ਪਾਪਾ ਜੀ ਤੁਸੀਂ? ਉਹ ਠੀਕ ਆ ਦਾ ਤੇਰੀ ਮਾਂ ਬਾਗੀ ਪੇਕੇ ਆਪਦੇ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਨੇ। ਝਾੜੂ ਮੈਂ ਲਾਉਣਾ, ਦਾਲ ਮੈਂ ਬਣਾਉਣਾ। ਉਹ ਸੱਟ ਜਸਜੀਤ ਬਾਪੂ ਜੀ, ਫਿਰ ਤੁਸੀਂ ਪਹਿਲਾਂ ਦੱਸਣਾ ਸੀ ਮੈਨੂੰ। ਚਲੋ ਕੋਈ ਨਾ, ਹੁਣ ਬਾਪੂ ਮੈਂ ਮਹੀਨਾ ਛੱਡ ਜੂ ਇਹਨੂੰ, ਇਹ ਤਾਂ ਸਾਰਾ ਕੰਮ ਕਰਾ ਲੂ। ਠੀਕ ਹੈ? ਨਹੀਂ ਜਸਨੀਤ, ਮੈਂ ਟੀਚਰ ਹਾਂ ਯਾਰ, ਮੈਂ ਕਿਵੇਂ ਰਹਿ ਜੂਗਾ? ਲੀਵ ਲਾ ਕੇ ਆਇਆ ਅੱਜ। ਮੂੰਹ ਤੇ ਮਾਰੂ ਮੈਂ, ਬਣਿਆ ਟੀਚਰ ਆ। ਅਸੀਂ ਕੁਛ ਕਹਿਣਾ ਬਾਬੇ ਹੋ ਰਹਿ ਜਾਂਗੇ। ਬਾਪੂ ਜੀ ਦਾਲ ਕਾਦੀ ਕਰਨੀ ਆ? ਹਾਂ ਬਾਪੂ ਦੱਸੋ। ਮੂੰਗੀ ਮਸਰੀ ਕਰ ਲਾ ਪੁੱਤ। ਜਾ, ਕੱਦੂ ਨਹੀਂ ਹੈਗਾ? ਕੱਦੂ ਮੈਂ ਸਵੇਰੇ ਲਿਆ ਤੂੰ। ਕੋਈ ਨਾ, ਹੁਣ ਮਹੀਨਾ ਇੱਥੇ ਆ ਪੁੱਤ, ਰੋਜ਼ ਬਦਲਵੀਂ ਸਬਜ਼ੀ ਖਾਵਾਂਗੇ। ਤੁਸੀਂ ਜਸਨੀਤ ਫਿਰ? ਹਾਂ ਮੈਂ ਨਾ ਉੱਥੇ ਜਾ ਕੇ ਆਉਣੀ ਆ, ਬੇਬੇ ਜੀ ਨੂੰ ਮਿਲ ਕੇ ਆਉਣੀ ਆ। ਠੀਕ ਹੈ? ਤੇਰੀ ਬੇਬੇ ਨਹੀਂ ਹੈਗੀ ਉਰੇ, ਉਹ ਨਹੀਂ ਗਵਾਂਢੀਆਂ ਨਹੀਂ, ਪਿਆਰੋਂ ਦੀ ਗੱਲ ਕਰਦੀ ਆ ਬਾਪੂ ਜੀ। ਉਹ ਜਸਨੀਤ ਪਹਿਲੀ ਯਾਰ ਕਮਜ਼ੋਰ ਹੋ ਤੁਸੀਂ, ਗਰਮੀ ਆ ਹਜੇ, ਹੱਥ ਨੇ ਸਾਮੀ ਚਲੇ ਜਾਣਾ। ਤੇ ਭੈਣ ਦਾ ਖਾਸ ਨੂੰ, ਉਹਦਾ ਮੁੰਡੇ ਦੀ ਟੈਥ ਹੋ ਗਈ, ਉਹਦਾ ਪਤਾ ਲੈ ਕੇ ਆਉਣੀ। ਬਾਪੂ ਤੈਨੂੰ ਫੇਰ ਦੱਸੂ ਮੈਂ, ਮੇਰੇ ਸਾਲੇ ਦੀ ਸਾਡੇ ਗਵਾਂਢੀ ਨੇ ਪੁੱਤ, ਮੈਨੂੰ ਨਹੀਂ ਪਤਾ ਉਹਨਾਂ ਦੇ ਮੁੰਡੇ ਦੀ ਡੈਥ ਹੋ ਗਈ। ਬਾਪੂ ਜੀ ਮੈਂ ਕੁੜੀ ਤੁਹਾਡੀ ਠੀਕ ਆ, ਪਰ ਜੋ ਸਟੈਨੋ ਲੱਗੀ ਹੋਈ ਹੈਗੀ, ਮੈਂ ਵੀ ਟੀਚਰ ਹੈਗਾ, ਪਰ ਬੋਲਦੀ ਬਹੁਤ ਆ ਯਾਰ, ਲਾਊਡਲੀ ਬੋਲਦੀ ਆ। ਕੀ ਦੱਸਾਂ ਪੁੱਤ, ਉਹ ਮੈਨੂੰ ਵੀ ਬਥੇਰੇ ਸਾਲ ਇਹਦੀ ਮਾਂ ਨਾਲ ਕੱਟਦੇ ਨੂੰ। ਇਹਦੀ ਮਾਂ ਅਤੇ ਇਹ ਤਾਂ ਦੋ ਇੱਕੋ ਹੀ ਨੇ, ਇਹਨਾਂ ਦਾ ਹੱਲ ਇੱਕੋ ਹੈ। ਹੈਂ? ਥੱਲੇ ਲਾ ਰੱਖਿਆ ਮੈਨੂੰ ਬਾਪੂ ਜੀ ਇਹਨਾਂ ਨੇ। ਪੁੱਤ ਤੈਨੂੰ ਦੱਸਦਾ ਮੈਂ ਤਰੀਕਾ ਦੱਸਦਾ, ਬੋਲਾ ਪੁੱਤ ਮੇਰਾ, ਮੈਂ ਜੀ ਜੀ ਕਰਦਾ ਰਿਹਾ ਕਰ, ਹਾਂ 'ਚ ਹਾਂ ਮਿਲਾ। ਹੈਂ? ਗੋਹਾ ਚੱਕਣ ਨੂੰ ਕਹਿੰਦੀ ਚੱਕ ਦੇ, ਝਾੜੂ ਲਾਉਣ ਨੂੰ ਕਹਿੰਦੀ ਲਾ ਦੇ ਪੁੱਤ। ਐਂ ਨਹੀਂ, ਐਂ ਪਤਾ ਕੀ ਹੈ ਜੀ, ਐਂ ਥੋੜ੍ਹੀ ਹੁੰਦਾ ਵੀ ਮੈਂ ਵੀ ਟੀਚਰ ਹਾਂ, ਇਹ ਵੀ ਤੇ ਚਲੋ ਹੈਗੇ ਨੇ ਅਫਸਰ, ਪਰ ਇੱਦਾਂ ਥੋੜ੍ਹੀ ਹੈ ਯਾਰ, ਮੇਰੇ ਵੀ ਕੋਈ ਰਾਈਟਸ ਨੇ। ਆਈ ਠੀਕ ਹੈ ਪੁੱਤ, ਫਿਰ ਖਾਈ ਜਾਓ ਡੰਡੇ। ਚਲੋ ਸਲਾਹ ਦੇਣੀ ਤੀ ਦੇਤੀ, ਮੰਨਣੀ ਨਾ ਮੰਨਣੀ ਤੇਰੀ ਮਰਜ਼ੀ ਹੈ। ਚਲੋ ਕੋਈ ਨਾ ਬਾਪੂ ਜੀ, ਮੈਂ ਕਰੂੰਗਾ, ਹੈਂਡਲ ਕਰੂੰਗਾ, ਕੋਈ ਗੱਲ। ਮੈਂ ਅੱਜ ਤੱਕ ਇਹਦੀ ਮਾਂ ਨੂੰ ਹੱਥ ਨਹੀਂ ਲਾਉਣਾ ਦਿੱਤਾ, ਐਂ ਨਹੀਂ ਕਰਿਆ ਕਦੇ ਉਹਨੇ ਮੈਨੂੰ, ਆਪਾਂ ਹਾਂ 'ਚ ਹਾਂ ਮਿਲਾਉਂਦੇ ਹਾਂ। ਮੈਂ ਵੀ ਇੱਦਾਂ ਮੂੰਹ 'ਚੋਂ ਬੋਲ ਬਾਅਦ 'ਚ ਕੱਢਦੀ ਹਾਂ, ਪਹਿਲਾਂ ਕੰਮ ਕਰਕੇ ਦੇ ਦਿੰਦਾ। ਦੇਖੋ ਜੀ, ਇਹਨੇ ਆਪਦੇ ਜਿਹੜੇ ਇਹਦੇ ਉਹ ਨੇ ਮੰਮਾ ਜੀ ਨੇ ਆਪਣੇ ਤੁਹਾਡੇ ਵਾਈਫ, ਉਹਨਾਂ ਨੂੰ ਤਾਂ ਕਰੂਗੀ, ਪਿਆਰ ਕਰੂਗੀ, ਯਾਨੀ ਕਿ ਮੇਰੀ ਮਾਂ ਉਹਨੂੰ ਨਹੀਂ ਕਰਦੀ ਯਾਰ, ਇਹ ਕੀ ਬਾਤ ਹੈ ਯਾਰ। ਆਹੀ ਕੁਛ ਹੁੰਦਾ ਪੁੱਤ, ਹੈ ਮਾਂ ਮਾਂ ਹੁੰਦੀ ਹੈ, ਸੱਸ ਸੱਸ ਹੁੰਦੀ ਹੈ। ਚਲੋ ਕੋ ਨਾ ਜਸਨੀਤ, ਉਹ ਤਾਂ ਬਾਕੀ ਬੋਲ ਹੈ ਤੇਰੇ ਕੰਮੇ ਥੱਪੜ ਖਾਣ ਵਾਲੇ ਨੇ, ਤੁਸੀਂ ਵੀ ਲੱਗ ਰਹੇ ਹੋ ਯਾਰ। ਯਾਰ ਕੀ ਹੁੰਦਾ ਓਏ? ਡੈਡੀ ਜੀ। ਯਾਰ ਤਾਂ ਮੈਨੂੰ ਕਦੇ ਮੇਰੇ ਘਰ ਵਾਲੀ ਨੇ ਨਹੀਂ ਕਿਹਾ। ਜਸਨੀਤ ਨੂੰ ਬੁਲਾਓ ਜੀ। ਉਹ ਗਵਾਂਢੀਆਂ ਦੇ ਗਈ ਹੈ ਪਿਆਰੋ ਕੋਲ, ਆਉਣੀ ਆਉਂਦੀ ਘੰਟਾ, ਹੁਣ ਭੁੱਲ ਜਾ। ਇਹ ਮਾਮਾ ਧੀਆਂ ਇੱਕੋ ਹੀ ਨੇ, ਜਿਹਦੇ ਕੋਲ ਜਾ ਕੇ ਬਹਿ ਜਾਣ, ਦੋ ਦੋ ਘੰਟੇ ਉੱਠਦੀਆਂ ਨਹੀਂ। ਅੱਛਾ ਚਲੋ, ਹੋਰ ਸੁੱਖ ਸਾਰ ਟਿੱਡੂ ਕਿੱਥੇ ਆਪਣਾ? ਪਤਾ ਨਹੀਂ ਟਿੱਡੂ ਕਿੱਥੇ, ਸਾਲਾ ਕਿੱਥੇ ਸਿਰ ਕੱਢਦਾ ਜਾ ਕੇ, ਉਹ ਫਿਰਦਾ ਹੋਣਾ ਕਿਸੇ ਗਹਾਰੇ 'ਚ ਬਣਿਆ। ਲੈ ਪੁੱਤ ਲੱਤਾਂ ਘੁੱਟ ਮਰੀਆ, ਕੁਛ ਨਹੀਂ ਜੀ, ਗੋਡਾ ਕਰੋ ਸਿੱਧਾ। ਬਹੁਤ ਹਾਂ, ਉਹਦੇ ਨਾਲ ਵੈਲਡਿਟੀ ਮੁੱਕ ਗਈ, ਪਵਾਈ ਨਹੀਂ ਹੈਗੀ ਮੇਰੇ ਨੇ। ਹੁਣ ਕਿਹੜਾ ਨੰਬਰ ਚੱਲਦਾ? ਹੁਣ ਮੇਰਾ ਉਹ ਚੱਲਦਾ ਗਾ 92 ਵਾਲਾ ਚੱਲਦਾ ਹੁਣ। ਅੱਛਾ, ਮੈਂ ਨੰਬਰ ਨੋਟ ਕਰਾਉਂਗੇ ਪਹਿਲਾਂ। ਹਾਂ ਕੋਈ ਗੱਲ ਨਹੀਂ, ਨੰਬਰ ਨੋਟ ਕਰਾਓ। ਤੁਸੀਂ ਛੱਡੋ, ਆਪਾਂ ਇੰਨੇ ਟਾਈਮ ਬਾਅਦ ਮਿਲਿਆ, ਫਿਰ ਨੰਬਰਾਂ ਨਹੀਂ ਪਈ ਆ। ਨਹੀਂ ਪਰ ਗੱਲ ਬਾਤ ਹੋ ਜਾਊ, ਤੁਹਾਡੇ 'ਚ ਕਿੰਨੀ ਵੀਕਨੈਸ ਆ ਗਈ ਮੇਰੇ ਜਾਣ ਤੋਂ ਬਾਅਦ ਸੀਰੇ। ਉਹ ਜਾਣ ਤੋਂ ਬਾਅਦ ਨਹੀਂ, ਉਹ ਤਾਂ ਮੇਰਾ ਹੈਰਨੀ ਦਾ ਪ੍ਰੇਸ਼ਨ ਜਿਹਾ ਹੋਇਆ ਸੀਗਾ, ਉਹਦੇ ਕਰਕੇ ਹੋ ਗਿਆ। ਹਾਂ ਠੀਕ ਹੋ? ਹਾਂ ਹੁਣ ਤਾਂ ਠੀਕ ਆ ਜਮਾ ਜਮਾ। ਅੱਛਾ ਸੀਰੇ, ਹਾਂਜੀ ਮੈਂ ਤੈਨੂੰ ਬੜਾ ਮਿਸ ਕੀਤਾ ਸੱਚੀ। ਮੈਂ ਵੀ ਬਹੁਤ ਮਿਸ ਕੀਤਾ ਦੇਖੀ। ਜਿੱਤੀ ਤੈਨੂੰ ਯਾਦ ਹੈ ਆਪਣਾ ਕਿਹੜਾ ਨਾਮ ਲਿਖਤਾ ਸੀ ਨਾ ਬਾਥਰੂਮ ਦੀ ਕੰਧ ਤੇ? ਹਾਂ ਦਿਲ ਚ ਬਣਾ ਕੇ। ਹਾਂ ਪੰਮੇ ਨੇ ਲਿਖਿਆ ਸੀਗਾ ਉਹ, ਯਾਦ ਹੈ? ਪਤਾ ਆਪਣੇ ਥਾਪੜੇ ਵੀ ਪਏ ਸੀ ਉਹਦੇ ਵਿੱਚ। ਹਾਂ ਪ੍ਰੇਰ ਚ ਖੜਾ ਕੇ ਕੁੱਟਿਆ ਸੀ ਮੈਂ, ਸਰੀਰ ਕਾਣੀ ਨੇ ਕੁੱਟਿਆ ਸੀ ਨਾ, ਉਹ ਤਾਂ ਸੱਚੇ ਪਿਆਰ ਦੀ ਵੈਰੀ ਸੀ। ਚਲ ਛੱਡੋ, ਤੈਨੂੰ ਪਤਾ ਮੈਂ ਤੈਨੂੰ ਕਿਉਂ ਮਿਲਣਾ ਹੀ ਆ। ਹਾਂਜੀ ਪੱਕਾ ਜੀ ਨਹੀਂ ਲੱਗਿਆ ਹੋਣਾ ਮੇਰੇ ਵਿੱਚ, ਨਹੀਂ ਉਹ ਗੱਲ ਨਹੀਂ, ਸੱਚਾ ਪਿਆਰ ਸੀ ਆਪਣਾ ਪਤਾ ਮੈਨੂੰ। ਉਹ ਨਹੀਂ, ਹੋਰ ਫਿਰ ਕਦ ਵਾਲਾ ਪਿਆਰ ਨਹੀਂ ਕਰਦਾ? ਉਹ ਨਹੀਂ ਯਾਰ, ਚੋਰ ਪਾਸੇ ਗੱਲ ਲੈ ਇਹਨੂੰ। ਹੋਰ ਮੈਂ 250 ਰੁਪਇਆ ਲੈਣਾ, ਤੁਸੀਂ ਮੇਰੇ ਤੋਂ ਹੱਥ ਦਾ ਨਹੀਂ ਫੜਿਆ ਸੀ 2 ਸਾਲ ਪਹਿਲਾਂ।
ਉਹ ਤਾਂ ਮੈਂ ਵਾਪਸ ਕਰਤਾ ਸੀ। ਕਦੋਂ ਕਰਿਆਗਾ? ਯੇ ਕਰ ਕੁਰ ਤੁਹਾਰੇ ਕਣੀ ਹੱਥ ਐ ਨਾ ਕਰ ਦੇਖ ਤੂੰ ਸਵੇਰੇ ਮੈਂ ਨਾ ਤੈਨੂੰ ਆਪਣੇ ਸੱਚੇ ਪਿਆਰ ਕਰਕੇ ਦਿੱਤਾ ਸੀਗਾ ਹੁਣ ਤੁਸੀਂ ਮੁੱਕਰ ਰਹੇ ਹੋ। ਚੱਲ ਲੈ ਲਈ ਫਿਰ ਮੈਂ ਤੂੰ ਐਂ ਕਰੀ ਪਲੀਜ਼ ਦੇ ਦਿਓ। ਪਤਾ ਕੀ ਹੈ ਯਾਰ ਮੇਰਾ ਹੱਥ ਬਹੁਤ ਟਾਈਟ ਹੈ ਕਬੀਲਦਾਰੀ ਨਹੀਂ ਚੱਲ ਰਹੀ ਯਾਰ। ਤੂੰ ਸਟੈਂਡ ਨੂੰ ਨਹੀਂ ਲੱਗੀ ਸੀ ਜੋਬ ਨਹੀਂ ਲੱਗੀ ਸੀ। ਸਟੈਂਡ ਨੂੰ ਛੱਡੋ ਤੁਸੀਂ 250 ਤੇ ਆਓ। ਤੂੰ ਜੋਬ ਨਹੀਂ ਲੱਗੀ ਸੀ? ਉਹ ਜੋਬ ਲੱਗ ਜੂ ਹਲੇ ਲੱਗੀ ਨਹੀਂ 250 ਦੇ ਦਿਓ। ਹੁਣ ਤਾਂ ਹੈ ਨਹੀਂ ਮੇਰੇ ਕੋਲੇ ਤੇ ਖਸਮਾ ਜਦੋਂ ਲੈ ਤੇ ਉਹਨੂੰ ਵੀ ਫਲੈਗ ਪਾਈਂਦੀ ਉਦੋਂ ਤਾਂ ਤੂੰ ਲੈ ਗਿਆ ਤੀ ਚੋੜਾ ਮੂੰਹ ਕਰਕੇ। ਮੈਂ ਤਾਂ ਕਹਿੰਦਾ ਹੈ ਪਰਮਾਤਮਾ ਚੋਰੀ ਆ ਇਹਦੇ ਅਸੀਂ ਨਿਕਲ ਜਾਣ ਭੈਣ ਦੇ ਖਾਸ ਮੁੰਡੇ ਦੇ ਆ ਲੈ ਕੇ ਜਾਂਦੀਆਂ ਨਾਲੇ ਦੇ ਦੇ ਮੇਰਾ ਫੋਨ ਗੂੜਾ ਲੈ ਲੈ। ਘਰੇ ਉਹ ਲੱਤਾਂ ਕਟਾਉਂਦੀ ਹੈ ਇੱਥੇ ਆ ਬੜਾ ਜਿਹਾ ਰੋਡਾ ਲੱਗ ਗਿਆ ਤੇਰਾ ਗੜ ਘੋਟਦਾ ਨਾ ਜੀ ਕਰਦਾ। ਪਲੇਗ ਪਾਣੀ ਦੁਨੀਆਂ 'ਤੇ ਤੈਨੂੰ ਵਿਸ਼ਵਾਸ ਹੀ ਨਹੀਂ ਰਿਹਾ ਹੁਣ ਸੜੇ ਹਾਣ ਬਕਵਾਸ ਨਾ ਕਰ ਜਿਹਦਾ ਮਰਜ਼ੀ ਹੋਵੇ ਟੈਂਕ ਹੀ ਲੈਣਾ ਗਾ। ਤੂੰ ਆਪਦੀ ਲਾਈਫ ਇੰਜੋਏ ਕਰ ਮੈਨੂੰ ਆਪਦੀ ਕਰਨ ਦੇ ਓਕੇ। ਆਏ ਤੂੰ ਮੇਰੇ ਤੋਂ ਬਾਹਰ ਹੋ ਜਾਏਗੀ ਕਿਉਂਕਿ ਹੋਰ ਕਿਉਂ ਨਹੀਂ ਸਕਦੀ ਹੈਗੀ। ਆਏ ਤੂੰ ਮੇਰੀ ਵਾਈਫ ਹੈਗੀ ਹੈ ਕਿਵੇਂ ਹੋ ਜਾਏਗੀ? ਤੁਸੀਂ ਮੈਨੂੰ ਵਾਈਫ ਹੋਣ ਦੇ ਹੱਕ ਦਿੰਦੇ ਹੋ? ਉਹ ਯਾਰ ਕੀ ਸਾਰੇ ਰਾਈਟਸ ਦਿੰਦਾ ਮੈਂ ਵਾਈਫ ਦਾ ਕੀ ਦਿੰਦੇ ਹੋ ਤੁਸੀਂ? ਪਾਪੂ ਤੇ ਤੁਸੀਂ ਪੈ ਜਾਓ ਆ ਦੇਖ ਲੈ ਤੇਰੇ ਕਰਕੇ ਹੋਇਆ ਸਾਰਾ ਕੁਝ। ਕੀ ਹੋਇਆਗਾ ਮਾਰਾ ਬਤਾਇਆ ਯਾਰ ਮੂੰਹ ਕੁੱਟ ਦੂੰ ਮੈਂ ਤੇਰਾ। ਨਾ ਤੂੰ ਤੀਨ ਵਾਰੀ ਗੱਲ ਕਰਿਆ ਕਰ ਮੇਰੇ ਨਾਲ ਐਦਾਂ ਨਹੀਂ ਵਾਈਫ ਆ ਤੂੰ ਮੇਰੀ ਹਮ ਕਰੀ ਕਿ ਨਹੀਂ ਦਿਖਾਈ ਗੱਲ ਕਰ ਲੋ ਬਾਬਾ।